ਹੁਸ਼ਿਆਰਪੁਰ ਦੇ ਉਨਾ ਰੋਡ ਤੋਂ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇੱਕ ਗਾਂ ਨੂੰ ਲੈ ਕੇ ਦੋ ਧਿਰਾਂ ਵਿੱਚ ਆਪਸੀ ਲੜਾਈ ਦੌਰਾਨ ਇੱਕ ਧਿਰ ਨੇ ਦੂਸਰੇ ਧਿਰ ਦੇ ਦੋ ਨੌਜਵਾਨਾਂ ਨੂੰ ਕੁਹਾੜੀ ਨਾਲ ਵਾਰ ਕਰਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਹੈ। ਦੱਸ ਦਈਏ ਕਿ ਇਲਾਜ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਮਿਤ ਕੁਮਾਰ ਵਜੋਂ ਹੋਈ ਹੈ। ਪੁਲਿਸ ਵੱਲੋਂ ਉਕਤ ਮਾਮਲੇ ਵਿੱਚ ਨਾਮਜ਼ਦ ਇੱਕੋ ਪਰਿਵਾਰ ਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। 6/3/2023 ਨੂੰ ਮੁਕੱਦਮਾ ਨੰਬਰ ਇਹ ਦਰਜ ਹੋਇਆ 302/307/506/148 IPC ਦੇ ਤਹਿਤ PS ਸਦਰ ਦੇ ਵਿੱਚ। ਇਹਦੇ ਵਿੱਚ ਇੱਦਾਂ ਸੀ ਵੀ ਮਿਤੀ 4 ਤਰੀਕ ਨੂੰ ਆਪਣੇ ਅਮਿਤ ਕੁਮਾਰ ਸਨਫ ਅਨੂਪ ਕੁਮਾਰ ਇਹਦੇ ਦੂਜੀ ਧਿਰ ਨੇ ਸੱਟਾਂ ਮਾਰੀਆਂ ਸੀ ਖੁਆੜਿਆਂ ਨਾਲ, ਰਾਡਾਂ ਨਾਲ, ਡੰਗਾਂ ਨਾਲ, ਅਤੇ ਇਹਦੀ ਦੂਏ ਦਿਨ ਮੌਤ ਹੋ ਗਈ ਸੀ। ਫਿਰ ਤੀਏ ਦਿਨ ਇਹਦੇ ਭਰਾ ਦੇ ਬਿਆਨਾਂ ਦੇ ਉੱਤੇ ਵਰ ਬਿਆਨ ਵਿਜੇ ਕੁਮਾਰ ਸਨਫ ਅਨੂਪ ਕੁਮਾਰ ਆਰ ਰੁਝਾਨ ਖੇਲਾਂ ਆਪਾਂ ਪਰਚਾ ਦਰਜ ਰਜਿਸਟਰ ਕੀਤਾ ਜੀ। ਅਤੇ ਉਹਦੇ ਵਿੱਚ ਵਜ੍ਹਾ ਰੰਜਿਸ਼ ਇਹ ਸੀ ਵੀ ਜਿਹੜਾ ਵਿਜੇ ਕੁਮਾਰ ਹੈ ਇਹਨੇ ਦੱਸਿਆ ਵੀ ਇਹਨਾਂ ਦੀ ਜਿਹੜੀ ਗਾਂ ਸੀ ਦੂਜੀ ਧਿਰ ਦੀ ਉਹ ਉਹਨਾਂ ਦੇ ਪੱਠੇ ਪੁੱਠੇ ਖਾ ਜਾਂਦੀ ਸੀ, ਡੰਗਰਾਂ ਨੂੰ ਤੰਗ ਪਰੇਸ਼ਾਨ ਕਰਦੀ ਸੀ। ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੀ ਗਾਂ ਬੰਨ੍ਹ ਕੇ ਰੱਖੋ। 8:30 ਵਜੇ ਉਹ ਆਪਣੀ ਗਾਂ ਲੈ ਕੇ ਅਵਾਰਾ ਛੱਡ ਦਿੰਦੇ ਸੀ ਜੰਗਲ ਦੇ ਵਿੱਚ, ਅਤੇ ਉਹ ਤੋਂ ਬਾਅਦ ਜਦੋਂ ਲੈ ਕੇ ਜਾ ਰਿਹਾ ਸੀ ਸ਼ਨੀਰ ਕੁਮਾਰ, ਅਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੀ ਗਾਂ ਨੂੰ ਰਾਤ ਨੂੰ ਲੈ ਆਉਂਦੇ ਜਾਂ ਦਿਨੇ ਉਹ ਸਾਡੀ ਡੰਗਰਾਂ ਨੂੰ ਪਰੇਸ਼ਾਨ ਕਰਦੀ, ਫਿਰ ਉਹ ਬੰਨ੍ਹ ਕੇ ਰੱਖਿਆ ਕਰੋ। ਇਸੇ ਗੱਲੋਂ ਉਹਨਾਂ ਦੀ ਤੂਤੂ ਮੈਂ ਹੋ ਗਈ ਉਦੋਂ, ਅਤੇ ਉਹ ਤੋਂ ਬਾਅਦ ਉਹ ਗਾਂ ਨੂੰ ਲੈ ਕੇ ਚਲੇ ਗਿਆ ਤਾਂ ਘਰੋਂ ਆਪਣੇ ਡੰਡੇ ਸੋਟੇ ਹਥਿਆਰ ਲੈ ਕੇ ਆ ਗਿਆ ਆਪਣੇ ਸਾਰੇ ਪਰਿਵਾਰ ਨੂੰ ਲਾਣ ਲੈ ਕੇ, ਅਤੇ ਇਹ ਉੱਥੇ ਖੜ੍ਹੇ ਸੀ ਚੌਂਕ ਦੇ ਵਿੱਚ ਜਾਣ ਕੇ ਲਈ, ਉੱਥੇ ਆ ਕੇ ਇਹਨਾਂ 'ਤੇ ਹਮਲਾ ਕਰ ਦਿੱਤਾ ਦੋ ਭਰਾਵਾਂ ਦੇ ਉੱਤੇ, ਅਤੇ ਉਹਦੇ ਸਿਰ 'ਚ ਖੁਆੜੇ ਲੱਗ ਗਏ ਜ਼ਿਆਦਾ, ਇਹਨਾਂ ਨੂੰ ਖੁਆੜੇ ਖੁੜੇ ਮਾਰੇ, ਡਾਂਗਾ ਸੁੱਟੇ ਮਾਰੇ, ਅਤੇ ਇੱਥੋਂ ਹੀ ਕਾਫੀ ਬੇਹੋਸ਼ ਜਿਹਾ ਹੋ ਗਿਆ ਸੀਗਾ। ਬਾਅਦ ਦੇ ਵਿੱਚ ਨਿੱਜੀ ਹਸਪਤਾਲ ਲੈ ਕੇ ਗਏ, ਉੱਥੋਂ ਰੈਫਰ ਕਰ ਦਿੱਤਾ ਚੰਡੀਗੜ੍ਹ ਦਾ, ਅਤੇ ਇਹ 5 ਤਰੀਕ ਨੂੰ ਚੰਡੀਗੜ੍ਹ ਇਹਦੀ ਮੌਤ ਹੋ ਗਈ। ਤਾਂ ਉਸ ਤੋਂ ਬਾਅਦ ਫਿਰ ਉਸ ਦਿਨ ਲੇਟ ਹੋ ਗਿਆ ਸੀ, ਅਗਲੇ ਦਿਨ ਫਿਰ ਇਹਦੇ ਛੋਟੇ ਭਰਾ ਦੇ ਵਿਜੇ ਕੁਮਾਰ ਦੇ ਬਿਆਨਾਂ ਦੇ ਉੱਤੇ ਆਪਾਂ ਮੁਕੱਦਮਾ ਦਰਜ ਕਰ ਦਿੱਤਾ ਜੀ। ਮ੍ਰਿਤਕ ਦਾ ਨਾਮ ਜੀ ਅਮਿਤ ਕੁਮਾਰ ਸਨਫ ਅਨੂਪ ਕੁਮਾਰ ਆਰ ਓ ਜਾਨਖੇਲਾ ਸੀ। ਇਹਦੀ 25 ਸਾਲ ਦੀ ਉਮਰ ਸੀ, ਇਹ ਵਿਆਹਿਆ ਹੋਇਆ ਸੀਗਾ, ਅਤੇ ਇਹਦਾ ਭਰਾ ਜਿਹੜਾ ਕੁਆਰਾ ਆ, ਜਿਹੜਾ ਕੁਆਰਾ ਭਰਾ ਉਹਦੇ ਵੀ ਬਾਂਹ ਦੇ ਉੱਤੇ ਖੁਆੜੀ ਮਾਰੀ ਹੈ, ਉਹਦੀ ਵੀ ਬਾਂਹ ਇਹਨਾਂ ਨੇ ਵੱਢ ਦਿੱਤੀ ਹੈ। ਟੋਟਲ 8 ਜਣੇ ਆ ਜੀ, ਆਪਣੇ ਪਰਿਵਾਰ ਦੇ ਹੀ ਆ ਜੀ। ਚਰਨਜੀ ਲਾ ਲਿਆ, ਉਹਦੇ 3 ਲੜਕੇ ਆ, ਅਤੇ ਉਹਦੀਆਂ ਵਾਈਫ ਆ, ਉਹਦੀ ਨੂੰਹ ਆ, ਤਾਂ 2 ਉਹਦੀਆਂ ਪੋਤਰੀਆਂ ਆ। ਹਾਂਜੀ, ਮਾਮੂਲੀ ਗੱਲ ਸੀਗੀ, ਜੇ ਉਹ ਦਰਗੁਜ਼ਰ ਕਰ ਲੈਂਦੇ ਜਾਂ ਉਹ ਬੰਨ ਲੈਂਦੇ ਜਾਂ ਕਹਿ ਦਿੰਦੇ ਤਾਂ ਐਡੀ ਕੋਈ ਗੱਲ ਨਹੀਂ ਸੀ, ਪਰ ਉਹਨਾਂ ਨੇ ਇਸ ਚੀਜ਼ ਨੂੰ ਆਪਣੇ ਹੱਥ ਤੱਕ ਸਮਝੀ ਵੀ ਸਾਨੂੰ ਇੱਦਾਂ ਗੱਲ ਕਿਉਂ ਕਹੀ ਹੈ, ਅਤੇ ਜਾਂ ਇਸੇ ਗੱਲ ਰੰਜਿਸ਼ ਦੇ ਵਿੱਚ ਇਹਨਾਂ ਦੀ ਈਗੋ ਹਰਟ ਹੋ ਗਈ, ਇਹਨਾਂ ਦੀ ਵੀ ਸਾਨੂੰ ਇੱਦਾਂ ਕਿਉਂ ਕਹਿ ਦਿੱਤਾ। ਇੱਕੋ ਪਿੰਡ ਦੇ ਰਹਿਣ ਵਾਲੇ ਜਾਨਖਲੇ, ਗੁਆਂਢੀ ਨਹੀਂ ਜੀ, ਉਹ ਤਾਂ ਹੈ ਦੂਰ ਦੇ ਆ, ਉਹਨਾਂ ਦਾ ਘਰ ਦੂਜੇ ਪਾਸੇ ਪਿੰਡ ਦੇ, ਇਹਨਾਂ ਦਾ ਦੂਜੇ ਪਾਸੇ ਆ, ਅਤੇ ਉਹ ਗਾਂ ਜਦੋਂ ਛੱਡਣ ਜਾਂਦੇ ਤਾਂ ਉਦੋਂ ਇੱਥੋਂ ਦੀ ਜਾਂਦੀ, ਤਾਂ ਉਹ ਵੀ ਉਹਨਾਂ ਦੇ ਪੱਠੇ ਪੁੱਠੇ ਖਾ ਜਾਂਦੇ। ਕੁਛ ਵੀ ਛੋਟੀ ਜਿਹੀ ਗੱਲ ਸੀ ਜੀ, ਕੋਈ ਏਡੀ ਕਤਲ ਵਾਲੀ ਗੱਲ ਨਹੀਂ ਸੀ, ਪੁਰਾਣੀ ਰੰਜਿਸ਼ ਨਹੀਂ ਸੀ ਜਾਨੀ ਕੋਈ ਵੀ, ਮਾੜੀ ਮੋਟੀ ਇਸੇ ਗਾਂ ਨੂੰ ਲੈ ਕੇ 2-4 ਵਾਰੀ ਇਹਨਾਂ ਦੇ ਪਹਿਲਾਂ ਵੀ ਬੋਲ ਬਰਾਲਾ ਹੋਇਆ ਸੀਗਾ, ਹੋਰ ਕੋਈ ਗੱਲ ਨਹੀਂ ਸੀ ਇਹਨਾਂ ਦਾ, ਕੋਈ ਨਿੱਜੀ ਮਤਲਬ ਲੜਾਈ ਨਹੀਂ ਸੀ ਕੋਈ।